ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਮੇਰੇ ਚੈਨਲ ਦੇ ਵਿੱਚ ਸਭ ਨੂੰ ਨਿੱਗੀ ਜੀ ਆਇਆਂ ਨੂੰ ਤਾਂ ਜੋ ਪੀਐਸਟੈਟ ਦੇ ਕੈਂਡੀਡੇਟ ਨੇ ਉਹ ਬਹੁਤ ਦਿਨਾਂ ਤੋਂ ਪੀਐਸਟੈਟ ਦੇ ਰਿਜ਼ਲਟ ਦਾ ਵੇਟ ਕਰ ਰਹੇ ਨੇ ਬਹੁਤ ਸਾਰੀਆਂ YouTube ਤੇ ਤੁਹਾਨੂੰ ਵੀਡੀਓ ਮਿਲਣ ਗਈਆਂ ਜਿਨ੍ਹਾਂ ਦੇ ਵਿੱਚ ਕਮੈਂਟਸ ਨੂੰ ਆਫ ਕਰ ਰੱਖਿਆ ਤੇ ਕੀ ਆ ਜਾ ਰਿਹਾ ਜੀ ਅੱਜ ਆ ਰਿਹਾ ਅੱਜ ਸ਼ਾਮ ਨੂੰ ਆ ਰਿਹਾ ਅੱਜ ਸਵੇਰ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਮਾਧਿਅਮ ਨਾਲ ਦੱਸਤਾ ਸੀਗਾ ਕਿ ਕੰਮ ਬਹੁਤ ਡੇਰੇ ਚੱਲ ਰਿਹਾ ਜਿਹੜਾ ਤੁਹਾਡਾ ਰਿਜ਼ਲਟ ਪੀਐਸਟੈਟ ਦਾ ਜਿਹੜਾ ਤੁਹਾਡਾ ਰਿਜ਼ਲਟ ਹੈ ਇਹ ਤੁਹਾਨੂੰ 28 ਤਰੀਕ ਤੋਂ ਬਾਅਦ ਬਾਅਦ ਦੇਖਣ ਨੂੰ ਹੀ ਮਿਲੇਗਾ ਜਾਂ ਤਾਂ ਇਹ 28 ਤਰੀਕ ਨੂੰ ਆਵੇਗਾ ਜਿਵੇਂ ਅੱਜ ਮੈਨੂੰ ਥੋੜੀ ਸੂਚਨਾ ਮਿਲੀ ਹੈ ਵੀ 28 ਤਰੀਕ ਨੂੰ ਰਿਜ਼ਲਟ ਤੁਹਾਡਾ ਡਿਕਲੇਅਰ ਹੋਵੇਗਾ ਨਹੀਂ 28 ਨਹੀਂ ਤਾਂ 29 ਲਾਸਟ 29 ਜਾਂ 30 ਤਰੀਕ ਤੁਹਾਨੂੰ ਇਹ ਰਿਜ਼ਲਟ ਦੇਖਣ ਨੂੰ ਮਿਲ ਜਾਏਗਾ ਤਾਂ ਜਿਹੜਾ ਹੁਣ ਚੱਲ ਰਿਹਾ ਤੁਹਾਡੇ ਬੋਨਸ ਦਾ ਬਹੁਤ ਸਾਰੇ ਬੱਚਿਆਂ ਨੂੰ ਕਿਹਾ ਜਾ ਰਿਹਾ ਤਿੰਨ सत्त तो देखो यह कोई भी बोनस थोड़ू नहीं मिलने वाला थोड़ू ज़्यादा तो ज़्यादा जो बोनस मिलेगा वो दो नंबर का मिलेगा दो नंबर का अदरवाइज़ तेन नंबर का तो उपर थानू बोनस नहीं मिलेगा मैं पेपर न पूरा एनालाइज़ किया है तो इन्ना ज़्यादा कोई पेपर के अंदर मिसटेक नहीं एवरेज जो पेपर से टफ नहीं सी। बहुत ही मतलब एक कह सा ज़्यादा हार्ड ना ज़्यादा सॉफ्ट ठीक है ਤਾਂ ਜਿੰਨਾਂ ਬੱਚਿਆਂ ਦੇ 1-2 ਨੰਬਰ ਘੱਟ ਰਹੇ ਐ ਉਹਨਾਂ ਬੱਚਿਆਂ ਨੂੰ ਹੋ ਸਕਦਾ ਹੈ ਬੈਨੀਫਿਟ ਹੋ ਜੇ ਤੇ ਜਿੰਨਾਂ ਬੱਚਿਆਂ ਦੇ ਪ੍ਰੋਪਰ ਪੂਰੇ ਬਣ ਰਹੇ ਐ ਉਹ ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਨੂੰ ਸਟਾਰਟ ਕਰ ਸਕਦੇ ਐ ਤਾਂ ਬਹੁਤ ਸਾਰੀ افਵਾਇ ਵੀ ਚੱਲ ਰਹੀ ਹੈ ਕਿ ਮਾਸਟਰ ਕੈਡਰ ਦੀ ਵੈਕੈਂਸੀ ਰੱਦ ਹੋ ਰਹੀ ਹੈ ਇਹੋ ਜਿਹਾ ਕੁਝ ਵੀ ਨਹੀਂਗਾ ਹਜੇ ਤੱਕ ਕਿਹੋ ਜੀ ਕੋਈ ਵੀ ਨਿਊਜ਼ ਨਹੀਂ ਗਈ ਨਾ ਹੀ ਰੱਦ ਹੋ ਰਹੀ ਹੈ ਤੁਸੀਂ ਬੇਝਿਜਕ ਆਪਦੇ ਫਾਰਮ ਅਪਲਾਈ ਕਰੋ ਨਿਸ਼ਚਿਤ ਹੋ ਕੇ ਜਿਹੜਾ ਮਾਸਟਰ ਕੈਡਰ ਦੀ ਤਿਆਰੀ ਨੂੰ ਲੱਗ ਜਾਓ ਤੇ ਬਹੁਤ ਸਾਰੇ ਬੱਚੇ ਇਹ ਵੀ ਕੁਐਰੀ ਰੱਖ ਰਹੇ ਨੇ ਕਿ ਸਰ ਦੇਖੋ ਹਜੇ ਪੀਐਸਟੈਟ ਦਾ ਰਿਜ਼ਲਟ ਨਹੀਂ ਆਇਆ ਕੀ ਹੋਊਗਾ ਅਗਰ ਅਸੀਂ ਪਹਿਲਾਂ ਅਪਲਾਈ ਕਰਤੀਏ ਤਾਂ ਦੇਖੋ ਡੇਟ ਐਕਸਟੈਂਡ ਹੋਊਗੀ ਮਾਸਟਰ ਕੈਡਰ ਦੀ ਸ਼ੋਰ ਹੋਊਗੀ ਮੇਰੀਆ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਨਾ ਹੋਵੇ ਕਮੈਂਟ ਖੁੱਲਾ ਹੈ ਜੋ ਮਰਜੀ ਤੁਸੀਂ ਚਾਹੋ ਬੋਲ ਸਕਦੇ ਹੋ ਡੇਟ 100% ਐਕਸਟੈਂਡ ਹੋਊਗੀ ਰਿਜ਼ਲਟ ਤੋਂ ਬਾਅਦ ਤੁਹਾਨੂੰ ਘੱਟ ਤੋਂ ਘੱਟ ਵੀ 5 ਤੋਂ 7 ਦਿਨ ਦਾ ਸਮਾਂ ਦਿੱਤਾ ਜਾਊਗਾ ਤਾਂ ਕਿ ਤੁਸੀਂ ਆਪ ਦਾ ਜਿਹੜਾ ਪੀਐਸਟੈਟ ਦਾ रिजल्ट ਹੈ ਉਸ ਦੇ ਅਕੋਰਡਿੰਗ ਆਫ ਦਾ ਮਾਸਟਰ ਕੈਡਰ ਅਪਲਾਈ ਕਰ ਸਕੋ ਹੁਣ ਜਿੰਨਾ ਬੱਚਿਆਂ ਦੇ ਆਨਸਰ ਕੀਤੇ ਅਕੋਰਡਿੰਗ 95 ਬਨ ਰਹੇ ਨੇ 97 ਬਨ ਰਹੇ ਨੇ ਉਹਨਾਂ ਦਾ ਤਾਂ ਠੀਕ ਹੈ ਜਿਨ੍ਹਾਂ ਦੇ 88 ਬਨ ਰਹੇ ਨੇ 87 ਬਨ ਰਹੇ ਨੇ ਠੀਕ ਹੈ ਜਾਂ ਜਿਹੜਾ ਆਪਦਾ ओबीसी ਕੈਟਾਗਰੀ ਹੈ ਤਾਂ 81 ਬਨ ਰਹੇ ਨੇ 80 ਬਨ ਰਹੇ ਨੇ ਉਹਨਾਂ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਉਹਨਾਂ ਨੂੰ ਇਹ ਸਮਝ ਨਹੀਂ ਆ ਰਹਾ ਅਸੀਂ ਅਪਲਾਈ ਕਰੀਏ ਜਾਂ ਨਾ ਕਰੀਏ ਤਾਂ ਦੇਖੋ ਇੱਕ ਵਾਰੀ ਵੇਟ ਕਰ ਲਓ ਕੋਈ ਦਿੱਕਤ ਨਹੀਂ ਠੀਕ ਹੈ ਡੇਟ ਐਕਸਟੈਂਡ ਹੋਊਗੀ ਬਾਈ ਦੇ ਵੇ ਤੁਹਾਨੂੰ ਜਿਆਦਾ ਹੀ ਮੈਨੂੰ ਡਰ ਲੱਗਦਾ ਤਾਂ ਤੁਸੀਂ ਲਾਸਟ ਡੇਟ ਤੋਂ ਇੱਕ ਦੋ ਦਿਨ ਪਹਿਲਾਂ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਤੁਸੀਂ 29 ਨੂੰ ਜਾਂ 27 ਨੂੰ ਤੁਸੀਂ ਅਪਲਾਈ ਕਰ ਦਿਓ ਠੀਕ ਹੈ ਜਿਆਦਾਤਰ ਉਮੀਦ ਇਹ ਹੈ ਵੀ 28 ਤਾਰੀਖ ਨੂੰ ਤੁਹਾਡਾ ਰਿਜ਼ਲਟ ਜਿਹੜਾ 101% ਆ ਜਾਏਗਾ ਠੀਕ ਹੈ ਨਹੀਂ ਤਾਂ ਫਾਈਨਲ ਆਨਸਰ ਕੀ ਤਾਂ ਸ਼ੋਰ ਆ ਜਾਏਗੀ ਠੀਕ ਹੈ ਬਾਕੀ 30 ਤਾਰੀਖ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਤੁਹਾਡਾ ਰਿਜ਼ਲਟ ਦੇਖਣ ਨੂੰ ਮਿਲ ਹੀ ਜਾਵੇਗਾ ਠੀਕ ਹੈ ਰਹੀ ਗੱਲ ਮਾਸਟਰ ਗ੍ਰੈਡਰ ਦੀ ਤਾਂ ਮਾਸਟਰ ਗ੍ਰੈਡਰ ਦੀ ਤੋਂ ਨੂੰ ਦਸਤਾ ਡੇਟ ਐਕਸਟੈਂਡ ਹੋਣੀ ਹੋਣੀ ਹੈ ਆਪਦੀ ਪ੍ਰੇਪਰੇਸ਼ਨ ਕਰ ਸਕਦੇ ਹੋ ਤੁਸੀਂ ਤੇ ਜਿਆਦਾ ਕੋਈ ਐਡਾ ਲੰਬਾ ਚੋੜਾ ਕੋ ਸਿਲੇਬਸ ਵੀ ਨਹੀਂਗਾ ਵੀ ਬਹੁਤ ਜਿਆਦਾ ਸਿਲੇਬਸ ਹੋਊਗਾ ਐਨਸੀਆਰਟੀ ਕਿਤਾਬਾਂ ਨੂੰ ਫੋਲੋ ਕਰੋ ਐਨਸੀਆਰਟੀ ਕਿਤਾਬਾਂ ਦੇ ਅਕੋਰਡਿੰਗ ਚੱਲੋ ਇੱਕ ਇੱਕ ਵਾਰ ਐਨਸੀਆਰਟੀ ਕਿਤਾਬਾਂ ਨੂੰ ਤੁਸੀਂ ਪੂਰੀ ਤਰ੍ਹਾਂ ਪੜ੍ਹ ਲਓ ਫਿਰ ਉਹਦੀ ਰਿਵੀਜ਼ਨ ਕਰ ਲਓ ਐਮਸੀਕਿਊ ਕੁਐਸਚਨ ਹੈ ਜਿਹੜੇ ਇਹਨਾਂ ਤੇ ਜਿਆਦਾ ਫੋਕਸ ਕਰੋ ਸਾਇੰਸ ਵਾਲੇ ਜੋ ਕੈਂਡੀਡੇਟ ਹੈ ਜਿਨ੍ਹਾਂ ਕੋਲੇ ਬੋਟਨੀ ਜ਼ੂਲੋਜੀ ਕੈਮਿਸਟਰੀ ਹੈ ਉਹ ਬੱਚਿਆਂ ਨੂੰ ਮੈਂ ਸੁਜੈਸਟ ਕਰਾਂਗਾ ਕਿ ਮੈਂ ਇੱਕ ਵੀਡੀਓ ਬਣਾ ਰੱਖੀ ਹੈ ਤੁਸੀਂ ਉਸ ਵੀਡੀਓ ਨੂੰ ਜਾ ਕੇ ਮੇਰੇ ਚੈਨਲ ਤੋਂ ਦੇਖ ਸਕਦੇ ਹੋ ਠੀਕ ਹੈ ਤੇ ਮੈਂ ਕੋਈ ਕਮੈਂਟਸ ਆਫ ਨਹੀਂ ਕਰ ਰਿਹਾ ਬਹੁਤ سارے ਚੈਨਲ ਨੇ ਕਮੈਂਟਸ ਆਫ ਕਰ ਰੱਖਿਆ ਕਿਉਂਕਿ ਉਹਨਾਂ ਨੂੰ ਵਿਊ ਚਾਹੀਦੇ ਆ ਸਬਸਕ੍ਰਾਈਬ ਚਾਹੀਦੇ ਆ ਤਾਂ ਮੇਰਾ ਕੋਈ ਐਡਾ ਕੋਈ ਖਾਸ ਕੋਈ ਚੈਨਲ ਨਹੀਂ ਕੋਈ ਖਾਸ ਪਰਪਸ ਨਹੀਂ ਠੀਕ ਹੈ ਕਿ ਤੁਹਾਨੂੰ ਕੋਈ ਤੁਹਾਡੇ ਵਿਊ ਜਾਂ ਤੁਹਾਡੇ ਲਾਈਕ ਜਾਂ ਤੁਹਾਡੀ ਸਬਸਕ੍ਰਾਈਬ ਵਾਸਤੇ ਮੈਂ ਤੁਹਾਨੂੰ ਕੋਈ ਫੇਕ ਨਿਊਜ਼ ਦਿਆ ਠੀਕ ਹੈ मैं अज भी पता करीएस टैट के रिगार्डिंग क्योंकि बहुत सारे मेरे स्टूडेंट भी पी एस टैट दिता हो जल्द रिजल्ट आ जाएगा ठीक है बहुत बहुत धन्यवाद थोड़ा इस भीडियो में देखने लोडी प्यारी जी जो भी राय हो भी, ठीक है जरूर दियो